ਤੁਹਾਨੂੰ ਹੁਣ ਅਸੀਂ ਕਰਤਾਰਪੁਰ ਸਾਹਿਬ ਲੈ ਕੇ ਜਾ ਰਹੇ ਹਾਂ ਜੀ। ਆਓ ਫਿਰ ਸਾਡੇ ਨਾਲ ਕਰਤਾਰਪੁਰ ਸਾਹਿਬ ਅੱਜ ਚੱਲਾਂਗੇ ਅਤੇ ਉੱਥੇ ਕਰਤਾਰਪੁਰ ਸਾਹਿਬ ਦੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਅਤੇ ਨਾਲ ਨਾਲ ਜਿਹੜੇ 75 ਸਾਲ ਬਾਅਦ ਅੱਜ ਪਾਕਿਸਤਾਨ ਦੀ ਧਰਤੀ 'ਤੇ ਆਏ ਆ ਉਹਨਾਂ ਦੇ ਨਾਲ ਨਾਲ ਅਸੀਂ ਵੀ ਆਪਣਾ ਤੁਹਾਨੂੰ ਉੱਥੇ ਪਾਕਿਸਤਾਨੀ ਅਤੇ ਜਿਹੜੇ ਇੰਟਰਨੈਸ਼ਨਲ ਲੋਕ ਆਏ ਹੋਵੇ ਸਭ ਦੇ ਨਾਲ ਤੁਹਾਡੇ ਸਾਂਝ ਪਾਵਾਂਗੇ। ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਇਕਬਾਲ ਜੱਟ ਤੁਹਾਡੇ ਨਾਲ ਅੱਜ ਹਾਜ਼ਰ ਏ ਖਿਦਮਤ ਆ। ਹਾਂਜੀ, ਕਿੱਧਰ ਦੀ ਤਿਆਰੀ ਹੈ ਜੀ ਤੁਹਾਡੀ? ਕਰਤਾਰਪੁਰ ਸਾਹਿਬ ਵਾਸਤੇ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਜੀ। ਅਗਰ ਤੁਸੀਂ ਆਜ਼ਾਦੀ ਚੌਕ ਵਾਲੀ ਸਾਈਡ ਤੋਂ ਆਉਂਗੇ ਤੁਹਾਨੂੰ ਆਹ ਰਿੰਗ ਰੋਡ ਦਾ ਰਸਤਾ ਅਖਤਿਆਰ ਕਰਨਾ ਪਵੇਗਾ ਕਰਤਾਰਪੁਰ ਸਾਹਿਬ ਪਹੁੰਚਣ ਵਾਸਤੇ। ਅਸੀਂ ਹੁਣ ਕਰਤਾਰਪੁਰ ਸਾਹਿਬ ਵਾਸਤੇ ਆਪਣਾ ਰਸਤਾ ਚੁਣ ਲਿਆ। ਜਿਸ ਜਿਸ ਤਰ੍ਹਾਂ ਅਸੀਂ ਰਸਤੇ ਚੱਲਾਂਗੇ ਕੋਸ਼ਿਸ਼ ਤੁਹਾਡੇ ਨਾਲ ਕਰਾਂਗੇ ਰਸਤੇ ਦੇ ਵੀ ਕੁਛ ਵਿਊ ਤੁਹਾਨੂੰ ਦਿਖਾਉਂਦੇ ਜਾਈਏ। ਜਿਹੜਾ ਵੀ ਸ਼ਖਸ ਬਾਬਾ ਗੁਰੂ ਨਾਨਕ ਨੂੰ ਜਾਣਦਾ ਜਾਂ ਉਹਦੀ ਤਾਲੀਮਾਤ ਦੇ ਉੱਪਰ ਨਜ਼ਰ ਰੱਖਦਾ ਉਹਦੀ ਦਿਲੀ ਖਾਹਿਸ਼ ਇਹ ਜ਼ਰੂਰ ਹੁੰਦੀ ਆ ਕਿ ਅਗਰ ਜ਼ਿੰਦਗੀ 'ਚ ਮੈਨੂੰ ਮੌਕਾ ਮਿਲੇ ਤਾਂ ਮੈਂ ਕਰਤਾਰਪੁਰ ਸਾਹਿਬ ਜ਼ਰੂਰ ਜਾਵਾਂ ਜਿੱਥੇ ਉਹਨਾਂ ਨੇ ਆਪਣੀ ਹੱਥੀ ਖੇਤੀਬਾੜੀ ਕੀਤੀ ਔਰ ਇਹਨਾਂ ਜ਼ਮੀਨਾਂ ਦੇ ਉੱਪਰ ਕੰਮ ਕਾਜ ਕੀਤਾ ਅਤੇ ਆਪਣੇ ਹੱਥ ਦੇ ਨਾਲ ਹੱਲ ਚਲਾਇਆ, ਮਿਹਨਤ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਦੱਸਿਆ ਕਿ ਆਪਣੀ ਹੱਥੀ ਕੰਮ ਕਰੋ ਅਤੇ ਕੰਮ ਕਰੋਂਗੇ ਅਤੇ ਇਸ ਮੁਆਸ਼ਰੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਔਰ ਕੰਮ ਕਾਰ ਕਰੋ ਸਭ ਵਾਸਤੇ ਕਰੋ। ਤੁਹਾਡਾ ਰਸਤੇ ਦਾ ਸਫ਼ਰ ਠੀਕ ਜਾ ਰਿਹਾ ਜੀ? ਅਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਾਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿੱਚ ਪਾਕਿਸਤਾਨ ਵਿੱਚ ਮਾਹੌਲ ਜਾਂ ਲੋਕਾਂ ਦਾ ਮੇਲ ਜੋਲ? ਬਹੁਤ ਵਧੀਆ ਸਰ, ਸਾਰੇ ਲੋਕ ਇੰਨੇ ਖੁਸ਼ ਲੱਗਦੇ, ਜਿੱਦਣ ਨੂੰ ਵੀ ਦੇਖਦੇ ਹਾਂ ਹੱਸਦਾ ਹੀ ਹੁੰਦਾ ਆ ਬੰਦਾ, ਇੰਨੇ ਨਾਈਸ। ਬੜੀ ਮਿਹਰਬਾਨੀ ਜੀ, ਅਸੀਂ ਆਸ ਵੀ ਰੱਖਦੇ ਹਾਂ ਕਿ ਜਿਹੜਾ ਸਰਦਾਰ ਵੀਰ ਵੀ ਇੱਥੇ ਸਾਡੇ ਆਵੇ ਉਹ ਹਮੇਸ਼ਾ ਹੱਸਦਾ ਹੀ ਜਾਵੇ। ਹਾਂਜੀ ਹਾਂਜੀ। ਤੁਸੀਂ ਜੀ ਨਾਰੋਵਾਲ ਸ਼ਹਿਰ ਪਹੁੰਚ ਚੁੱਕੇ ਹਾਂ ਅਤੇ ਨਾਰੋਵਾਲ ਲਾਹੌਰ ਤੋਂ ਨਾਰੋਵਾਲ ਦਾ ਸਫ਼ਰ ਤੁਹਾਡਾ ਬਿਲਕੁਲ ਠੀਕ ਠਾਕ ਆ ਜੀ? ਬਹੁਤ ਵਧੀਆ ਰਿਹਾ, ਬਹੁਤ ਵਧੀਆ ਰਿਹਾ ਜੀ। ਬਸ ਹੁਣ ਕਰਤਾਰਪੁਰ ਮਹਾਰਾਜ ਗੁਰੂ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਤਿਆਰੀਆਂ ਜੀ। ਠੀਕ ਆ ਜੀ, ਅਸੀਂ ਅੱਗੇ ਜਾਵਾਂਗੇ ਜੀ। ਜਿਹੜਾ ਜ਼ਰੂਰਤਮੰਦ ਆ ਉਹਦੀ ਜ਼ਰੂਰਤ ਵੀ ਤੁਸੀਂ ਪੂਰੀ ਕਰੋ। ਬਜ਼ੁਰਗਾਂ ਤੇ ਦੀਨ ਅਤੇ ਬਜ਼ੁਰਗਾਂ ਨੇ ਦੀਨ ਦਾ ਵੀ ਇਹੀ ਕਹਿਣਾ ਕਿ ਜਦੋਂ ਵੀ ਤੁਸੀਂ ਚੀਜ਼ ਖਾਵੋ ਦੂਸਰੇ ਨੂੰ ਜ਼ਰੂਰ ਹਿੱਸਾ ਦਿਆ ਕਰੋ। ਅੱਜ ਅਸੀਂ ਤੁਹਾਨੂੰ ਕਰਤਾਰਪੁਰ ਸਾਹਿਬ ਲੈ ਕੇ ਜਾ ਰਹੇ ਹਾਂ, ਇਸ ਦੇ ਨਾਲ ਨਾਲ ਤੁਹਾਨੂੰ ਰਸਤੇ ਦੇ ਵਿੱਚ ਜਿਹੜਾ ਜਿਹੜਾ ਮੰਜ਼ਰ ਆ ਰਿਹਾ ਕੋਸ਼ਿਸ਼ ਕਰਾਂਗੇ ਥੋੜ੍ਹਾ ਥੋੜ੍ਹਾ ਤੁਹਾਨੂੰ ਜ਼ਰੂਰ ਦਿਖਾਈਏ। ਇਸ ਵੇਲੇ ਅਸੀਂ ਬਿਲਕੁਲ ਕਰਤਾਰਪੁਰ ਸਾਹਿਬ ਦੇ ਕਰੀਬ ਪਹੁੰਚ ਗਏ ਹਾਂ ਔਰ ਚੰਦ ਸੈਕਿੰਡ ਤੋਂ ਬਾਅਦ ਅਸੀਂ ਬਿਲਕੁਲ ਕਰਤਾਰਪੁਰ ਸਾਹਿਬ ਦੇ ਗੇਟ ਦੇ ਅੱਗੇ ਪਹੁੰਚ ਜਾਵਾਂਗੇ ਔਰ ਫਿਰ ਤੁਹਾਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਵੀ ਕਰਾਵਾਂਗੇ। ਇਸ ਦੇ ਨਾਲ ਨਾਲ
जिहड़ी संगत और बहुत सारे जिहड़े पाकिस्तानी लोग आए होंगे, कोशिश करांगे सब नाल तुहाडी गलबात भी कराइए। जिस वेले तुसीं करतारपुर साहब पहुँचते हैं, उत्थे पहुँच के तुहानूं इस तरह महसूस होंदा कि जिस तरह तुसीं यूरोप कंट्री या किसी दुबई बहरीन पहुँच गए, क्योंकि पाकिस्तानी गौरमेंट ने इत्थे बहुत अच्छे इंतजाम और इंटरनेशनल लेवल दा तुहानू हर चीज़ मिलती है। साहब की धरती तो पंजाबी धरती सोने लोग दे नाल मुहम्मद जवेद इकबाल जट और अपने आए हुए सारे मेहमानों के नाल तुहानू सारयां नू वेलकम खुश आमदीद करते हैं। करतारपुर साहब की धरती से सारयां नू खुश आमदीद जी आया नू। हाँ जी, करतारपुर साहब पहुँच गया जी। हाँ जी, करतारपुर साहब रस्ते दे विच पाकिस्तान लाहौर तो तुसी करतारपुर साहब पहुँचे हैं, कोई दिक्कत पेश आई? नहीं, कोई महकमे ने किसी ने साडे ने सिक्योरिटी वाले ने तुहानू चैक किया होवे, नजायज़ कोई तुहाडा टाइम ज़ाया किया होवे? जी नहीं जी, किसी ने कुछ नहीं। बिल्कुल तुसी मुतमिन? असीं खुश हाँ जी। आने वाले जिहड़े साडे विजिटर होंगे या जिहड़े गुरु घर देखना चाहते आ, उन्हां वास्ते तुहाडा की पैगाम इस टाइम करतारपुर साहब की धरती ते? असीं कहिंदे जी, जिहनूं भी वीज़ा मिलता जरूर आके करतारपुर साहब दिता, इत्थे लाहौर जिहड़े पाकिस्तान च गुरधाम विछड़े जिन्हां तों असीं आ, उन्हां सारयां दे आके दर्शन करने। जिहड़ा वो विछोड़ा असीं रोज़ अरदास करदे हां, अज सानूं विछोड़ा भुल जाए ते असीं महाराज दे कोल दर्शन कर। धरती ते तुहानूं वेलकम करदे हां जी, जी आयां नूं। असी इस टाइम पवित्र धरती पहले भी दसिया कि इस टाइम पहुंचे हुए हैं और ये जी साड़ी फैमिली आ, ये साडे पाकिस्तान के नाल इन्हां दीआं जड़ां 47 दे वेले तो पहले भी हुण भी यही लोग यही कहिंदे आ कि साडा पंजाब दे नाल साडीआं उही जड़ां जिहड़े 47 दे वेले तो पहले सी, इस वजह नाल ये उस मुहब्बत नूं उस प्यार नूं और उस खून नूं लभण आए और इंशाल्लाह मिलूंगे। ਬਾਬਾ ਨਾਨਕ ਫਕੀਰ ਮੁਸਲਮਾਨਾਂ ਦਾ ਪੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਬਿਲਕੁਲ ਜੀ, ਅੱਜ ਉਸ ਧਰਤੀ 'ਤੇ ਪਹੁੰਚੇ ਹਾਂ ਜਿੱਥੇ ਮਹਾਰਾਜ ਨੇ ਕਿਰਤ ਕੀਤੀ ਆਖਰੀ ਸਮੇਂ ਦੇ ਵਿੱਚ, ਇਸੇ ਧਰਤੀ 'ਤੇ ਆ ਕੇ ਮਹਾਰਾਜ ਨੇ ਆਪਣਾ ਸੀਸ ਛੱਡਿਆ। ਜਿਹੜੇ ਦਿਨ ਨੂੰ ਤੁਸੀਂ ਬੜੇ ਸਾਲ ਗੁਜ਼ਾਰ ਦਿੱਤੇ ਅਤੇ ਇਸ ਧਰਤੀ 'ਤੇ ਆ ਕੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਆ ਜੀ? ਇੱਕ ਠੰਡ ਪੈ ਗਈ ਆ ਜੀ, ਜਿਹੜੀ ਕਦੀ ਵੀ ਨਹੀਂ ਸੀ ਪੈਂਦੀ ਜਾਂ ਗੁਰਧਾਮਾਂ 'ਚ ਜਾ ਕੇ ਪੈਂਦੀ ਆ ਜੀ ਜੀ। ਅੱਜ ਬਾਬੇ ਨਾਨਕ ਦੇ ਧਰਤੀ 'ਤੇ ਆ ਕੇ ਇਹ ਹੁੰਦਾ ਸੀ, ਠੰਡ ਪਈ, ਸ੍ਰੀ ਨਨਕਾਣਾ ਸਾਹਿਬ ਦਾ ਦਰਸ਼ਨ ਕਰਾਈ, ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਾਈ। ਅੱਜ ਦਰਸ਼ਨ ਹੋ ਰਹੇ? ਹਾਂਜੀ, ਅੱਜ ਦਰਸ਼ਨ ਹੋ ਗਏ, ਇਹਦੀ ਮਿਹਰ ਨਾਲ ਅਸੀਂ ਪਰਿਵਾਰ ਵੀ ਇਕੱਠਾ ਹੋ ਗਿਆ ਅਤੇ ਵਾਹਿ ਬਾਬਾ ਜੀ ਦੇ ਦਰਸ਼ਨ, ਬਾਬਾ ਜੀ ਦੇ ਗੁਰੂ ਘਰਾਂ ਦੇ। ਤੁਸੀਂ ਤਾਂ ਇੱਕ ਰਹਿਸ਼ ਆਪਣੀ ਤੇ ਰਹਿ ਰਹੇ ਜੀ, ਆਪਣੇ ਘਰੇ ਰਹਿ ਰਹੇ ਆ, ਲੋਕ ਹੋਟਲਾਂ 'ਚ ਰਹਿੰਦੇ ਅਤੇ ਘਰ ਵਾਲੇ ਪਿਆਰ ਹੋਟਲਾਂ ਵਾਲਿਆਂ ਨੂੰ ਵੱਧ ਦਿੰਦੇ ਜਾਂ ਕੀ ਸਮਝਦੇ ਜਿਵੇਂ ਪੰਜਾਬ ਵਿੱਚ? ਨਹੀਂ ਜੀ, ਜਿਹੜਾ ਹੋਟਲ 'ਚ ਪਿਆਰ ਥੋੜ੍ਹਾ ਮਿਲਦਾ, ਜਿਹੜਾ ਪਰਿਵਾਰ ਵਿੱਚ ਪਿਆਰ ਮਿਲਦਾ ਉਹ ਹੋਟਲ 'ਚ ਕਦੇ ਮਿਲ ਹੀ ਨਹੀਂ ਸਕਦਾ। ਠੀਕ, ਯਾਨੀ ਇੱਥੋਂ ਤੁਸੀਂ ਸਾਬਤ ਹੁੰਦਾ ਕਿ ਪੈਸਿਆਂ ਨਾਲ ਪਿਆਰ ਨਹੀਂ ਮਿਲਦਾ,
प्यार ब्लड ना मिलता प्रेम ना मिलता बिलकुल जी अल्लाह खैर करे कल मिलाप भी करावांगे असीं इस टाइम केड़ी जगह पहुंच गया जी असीं दरबार साहिब देण तों शादी हुई है वो साढ़े नाल ही गुरदा बटाले पिछे मेला लंघ गया बाबा जी का बहुत बड़ा बाबे का ब्याह देखो ही गुरु नानक पातशाह दे जिन्ना जितों खेतों पानी लाते सी बाहरले बन्ने खूही जी चाड़िया ते अंदर आ खूही टिंडा प्राणियां ये जी पहले ही खूह है जी पुराना जिहड़ा बाबा जी होनी इस्तेमाल करते होंगे सी इस टाइम असी तुहानू ये दिखा रहे हैं जी बाहरी साइड के पैर वा खूही दी ਇਹ ਕਿਸੇ ਕਿਸੇ ਪਿੰਡਾਂ 'ਚ ਪਾਕਿਸਤਾਨ 'ਚ ਹਜੇ ਵੀ ਇਹ ਖੂਹ ਜਾਂ ਇਹ ਨਕਸ਼ਾ ਤੁਸੀਂ ਦੇਖ ਸਕਦੇ ਹਾਂ 1971 ਦੀ ਜੰਗ ਵਿੱਚ ਇੰਡੀਆ ਆਰਮੀ ਵੱਲੋਂ ਬੰਬ ਸੁੱਟਿਆ ਗਿਆ ਸੀ ਜਿਹੜਾ ਆ ਕੇ ਖੂਹ ਦੇ ਵਿੱਚ ਡਿੱਗਿਆ ਤੇ ਪਰ ਕੋਈ ਨੁਕਸਾਨ ਨਹੀਂ ਸੀ ਕਰ ਸਕਿਆ ਚੱਲ ਨਹੀਂ ਸੀ ਸਕਿਆ ਇਹ ਅਸੀਂ ਕਹਿ ਸਕਦੇ ਹਾਂ ਕਿ ਮੌਜੂਜ਼ਾ ਜੀ ਹਾਂਜੀ ਇਹ ਹਾਲੇ ਵੀ ਸਾਂਭ ਕੇ ਰੱਖਿਆ ਗਿਆ ਆ ਅਤੇ ਆ ਇਹਦੇ ਨਾਲ ਬਰਾਬਰ 'ਤੇ ਜੋ ਵੀ ਹੈਗਾ ਇਹ ਲਿਖਿਆ ਗਿਆ ਹਿਸਟਰੀ हाँ जी बाबा जी हाँ जी चलिए चलो जी